ਸਲਾਮ ਵਾਲੇਕਮ ਵੀਰੋ, ਕੀ ਹਾਲ ਹੈ? ਠੀਕ ਹੋ? ਫਿੱਟ ਫਾਟ? ਉਮੀਦ ਕਰਨਾ ਸਾਰੇ ਵੀ ਠੀਕ ਹੁੰਦੇ। ਅਤੇ ਵੀਰੋ, ਮਾਸ਼ਾਅੱਲਾ ਆਈਟਮ ਪੰਜਾਬ ਦੇ ਵਿੱਚ ਮੌਸਮ ਪੂਰਾ ਠਾਠਾਂ ਦਾ ਮਾਰਦਾ ਅਤੇ ਪੂਰੀ ਰੌਣਕ ਬਣੀ ਹੈ ਅਤੇ ਮੌਸਮ ਪੂਰਾ ਇੰਜੋਏ ਕਰਨ ਵਾਲਾ ਬਣੇ ਆ। ਅਤੇ ਜਨਾਬ, ਪੰਜਾਬ ਦੇ ਵਿੱਚ ਨਾ ਅਗਲੇ ਦਿਨ ਬਾਰਿਸ਼ ਹੋਈ ਹੈ ਚੰਗੀ, ਦਬਾ ਕੇ ਤੂਫਾਨੀ ਅਤੇ ਤਾਪੜ ਤੋੜ। ਅਤੇ ਮਾਸ਼ਾਅੱਲਾ ਮੁੰਜੀ ਬੜੀ ਪਿਆਰੀ ਸੀ, ਚੰਗਾ ਕੱਦ ਬੁੱਤ ਉਹਨੇ ਕੱਢਿਆ ਸੀ। ਉੱਤੇ ਜਨਾਬ ਉਹਨੇ ਦਾਣਾ ਛਾਣਾ ਵੀ ਲੱਗਿਆ ਸੀ, ਉਹਨੇ ਫਲ ਛਲ ਚੁੱਕੇ ਆ ਸੀ ਅਤੇ ਥੋੜ੍ਹੀ ਜਿਹੀ ਲੇਟ ਗਈ, ਨੁਕਸਾਨ ਉਹਨੂੰ ਵਾਹਵਾ ਹੋਇਆ। ਅਤੇ ਮਾਸ਼ਾਅੱਲਾ ਤੁਹਾਨੂੰ ਇੱਥੇ ਦਾ ਮਾਹੌਲ ਵਿਖਾਉਂਦੇ ਹਾਂ ਅਤੇ ਪੂਰਾ ਨਜ਼ਾਰਾ ਕਰਾਉਂਦੇ ਹਾਂ। ਅਤੇ ਮਿਸਤਰੀ ਸਾਡੇ ਇੱਥੇ ਕੰਮ ਲੱਗਿਆ ਹਨ, ਫਰੈਂਡ ਦਾ ਕੰਮ ਸ਼ਾਮ ਮੁਕੰਮਲ ਹੋ ਗਿਆ, ਥੋੜ੍ਹਾ ਜਿਹਾ ਅੰਦਰ ਕੰਮ ਰਹਿ ਗਿਆ ਅਤੇ ਪਿਛਲੀ ਸਾਈਡ 'ਤੇ ਗੋਸ਼ ਹੋ ਕੇ ਕਰਨੇ ਆ। ਅਤੇ ਇੱਥੇ ਤੁਹਾਨੂੰ ਥੋੜ੍ਹਾ ਜਿਹਾ ਪੰਜਾਬ ਦਾ ਨਾ ਪੂਰਾ ਸੀਨ ਵਿਖਾਉਂਦੇ ਹਾਂ ਫਿਲਮੀ। ਅਤੇ ਇਹ ਮਾਸ਼ਾਅੱਲਾ 2025 ਮਾਡਲ ਹੈ ਅਤੇ ਇਹਦਾ ਥੋੜ੍ਹਾ ਜਿਹਾ ਕੰਮ ਹੋਣੇ ਵਾਲਾ ਹੈ। ਇਹਦੀ ਕਲੱਚ ਪਲੇਟ ਸੜ ਗਈ ਹੈ, ਉੱਡ ਗਈ ਹੈ, ਉਹ ਨਵੀਂ ਪੈ ਜਾਵੇ ਤਾਂ ਬੰਦਾ ਠੀਕ ਹੈ। ਅਤੇ ਵੀਡੀਓ ਕਰਨਾ ਸਟਾਰਟ, ਅਤੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਵੀ ਕਰਨਾ, ਸ਼ੇਅਰ ਵੀ ਕਰਨਾ, ਕਿਉਂਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚੇ। ਅਤੇ ਤੁਹਾਨੂੰ ਇੱਕ ਵਾਰੀ ਨਜ਼ਾਰਾ ਕਰਾਉਂਦੇ ਹਾਂ ਇੱਥੇ ਪੰਜਾਬ ਦਾ ਅਤੇ ਪੂਰਾ ਫਿਲਮੀ ਸੀਨ ਹੈ। ਵੀਡੀਓ ਵੇਖੋ ਅਤੇ ਇੰਜੋਏ ਕਰੋ। ਹਾਂਜੀ ਵੀਰੋ, ਮਾਸ਼ਾਅੱਲਾ ਵੇਖੋ ਤੁਸੀਂ, ਇਹ ਬੜੇ ਕਮਾਲ ਦਾ ਦਰਖਤ ਲੱਗੇ ਹੈ। ਇਹ ਪਤਾ ਨਹੀਂ ਕਿਹੜਾ ਬੋਰਡ ਹੈ ਕਿਹੜਾ ਨਹੀਂ। ਅਤੇ ਇਹ ਥੱਲੇ ਕਮਰਿਆਂ ਵਿੱਚ ਸਾਰਾ ਜਿਹੜਾ ਨਾ ਗੰਦ ਬਲਾ ਬਾਹਰ ਕੱਢ ਰਿਹਾ, ਕੋਈ ਟੋਕਰੀਆਂ ਨੇ, ਕੋਈ ਪੈ ਪਏ, ਕੋਈ ਟਾਇਰ ਪਏ ਨੇ ਰੇਹੜੀਆਂ ਵਾਲੇ, ਅਤੇ ਕੋਈ ਗੱਤੇ ਛੱਤੇ ਦੇ ਡੱਬੇ ਛੱਬੇ ਪਏ ਨੇ। ਅਤੇ ਇਹ ਮੁੰਜੀ ਹੈ, ਮਾਸ਼ਾਅੱਲਾ ਬੜਾ ਪਿਆਰਾ, ਇਹਦਾ ਕੱਦ ਬਹੁਤ ਸੀ ਚੰਗਾ। ਅਤੇ ਇਹ ਹਨੇਰੀ ਤੂਫਾਨੀ ਬਾਰਿਸ਼ ਹੋਈ ਹੈ ਅਤੇ ਸਾਰੀ ਜਿਹੜੀ ਨਾ ਲੰਮਿਆਂ ਪੈ ਗਈ ਹੈ, ਸਮਝੋ ਇੰਨੀ ਜ਼ਾਇਆ ਹੋ ਗਈ। ਤਾਂ ਬੈਕ ਸਾਈਡ 'ਤੇ ਵੀ ਹੈ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਅਤੇ ਇਹ ਪੰਜਾਬ ਦਾ ਮਾਸ਼ਾਅੱਲਾ ਸੀਨ ਹੈ ਅਤੇ ਬੜਾ ਪਿਆਰਾ ਅਤੇ ਪੂਰਾ ਠਾਠਾ ਮਾਰਿਆ ਮੌਸਮ ਆਈਟਮ ਪੰਜਾਬ ਦੇ ਵਿੱਚ। ਅਤੇ ਮਾਸ਼ਾਅੱਲਾ ਸਾਡੇ ਮਿਸਤਰੀਆਂ ਨੇ ਇਹ ਫਰੰਟ ਵਾਲੀ ਸਾਈਡ ਜਿਹੜੀ ਨਾ ਬਿਲਕੁਲ ਪਲਸਤਰ ਕਰ ਖੜੀ ਹੈ ਅਤੇ ਅੰਦਰੋਂ ਬਿਲਕੁਲ ਕੰਪਲੀਟ ਹੋ ਗਈ ਹੈ। ਇਹ ਸਾਈਡ ਦਾ ਇੱਕ ਕਮਰਾ ਰਹਿ ਗਿਆ, ਇੱਥੇ ਮੁੜਾ ਜਿਹੜਾ ਨਾ ਕਚਰਾ ਕੁਚਰਾ ਵਿੱਚੋਂ ਪੈਕਟ ਦਾ ਇੱਟਾਂ ਛਿੱਟਾਂ ਵਾਲਾ, ਅਤੇ ਮੁੜਾ ਕੰਮ ਸ਼ੰਮ ਲੱਗੇ ਹੈ। ਇਹ ਸਾਰਾ ਥੱਲੇ ਸੋਲਿੰਗ ਲੱਗਿਆ ਸੀ, ਆ ਪੁੱਟ ਪੁੱਟ ਕੇ ਇਹਦਾ ਕੱਚਾ ਛੱਚਾ ਕਰ ਗਿਆ ਕਮਰਾ ਰਹਿ ਗਿਆ ਪਲਸਤਰ ਕਰਨ ਵਾਲਾ, ਅਤੇ ਅੰਦਰੋਂ ਸਾਰਾ ਬਿਲਕੁਲ ਆਲ ਟੂ ਜ਼ੈਡ ਕੰਪਲੀਟ ਹੋ ਗਿਆ। ਅਤੇ ਬੈਕ ਸਾਈਡ ਦੇ ਵੀ ਮੁੜਾ ਕੰਮ ਲੱਗੇ ਆ, ਉਹ ਵੀ ਤੁਹਾਨੂੰ ਬਹਾਨੇ ਆ। ਅਤੇ ਜਨਾਬ, ਇਹ ਜਿਹੜਾ ਨਾ ਮੁੰਜੀ ਵਾਲਾ ਕੰਮ ਜਿਹੜਾ ਨਾ ਬੜਾ ਖਰਾਬ ਹੋਇਆ, ਦਰਮ ਬਰਮ ਜਿਹਾ ਹੋ ਗਿਆ ਅਤੇ ਬੜੀ ਤਾਪੜ ਤੋੜ ਬਾਰਿਸ਼ ਹੋਈ ਹੈ ਅਤੇ ਮੁੰਜੀ ਨਾਲ ਜਿਹੜਾ ਨਾ ਕੰਮ ਪਿਆ। ਅਤੇ ਇਹ ਵੇਖਦੇ ਤੁਸੀਂ ਬੈਕ ਸਾਈਡ ਦੀ ਮੁੰਜੀ ਇੰਜੀ ਲੰਮਿਆਂ ਪਈ ਹੈ। ਅਤੇ ਮਾਸ਼ਾਅੱਲਾ ਇਹ ਸਾਈਡ ਬੈਕ ਰਹਿ ਗਈ ਹੈ ਪਲਸਤਰ ਕਰਨੇ ਵਾਲੀ, ਅਤੇ ਉਹ ਸਾਡਾ ਇੱਕ ਜਵਾਨ ਲੱਗਿਆ ਕੰਮ,